सुजानपुर जुगियाल मार्ग की खस्ता हालत के चलते यहां के स्थानीय निवासियों में आए दिन भारी परेशानियों का सामना करना पड़ रहा है, लेकिन पीडब्ल्यूडी विभाग की ओर से इस ओर कोई ध्यान नहीं दिया जा रहा, जिस कारण लोगों में रोष है। वहीं स्थानीय लोगों का कहना है कि सड़क की खस्ता हालत के कारण आए दिन सड़क दुर्घटनाएं इस रास्ते पर हो रही हैं। वहीं स्थानीय लोगों ने टुडे हेडलाइंस को बताया है कि इस मार्ग में पुल नंबर 4 से लेकर रेलवे फाटक तक नगर कौंसिल सुजानपुर की ओर से स्ट्रीट लाइटों का भी प्रबंध सही से नहीं किया गया है। ज्यादातर लाइटें खराब हो चुकी हैं, लेकिन प्रशासन के कानों तले जूं तक नहीं रेंग रही। ਫਾਟਕ ਤੋਂ ਨਜ਼ਦੀਕ ਤੋਂ ਰੋਜ਼ ਹੀ ਅਸੀਂ ਇੱਧਰੋਂ ਲੰਘਦੇ ਹਾਂ ਜੀ। ਨਵੀਂ ਤੋਂ ਨੰਗੀ ਗੱਡੀ ਵੀ ਇੱਥੋਂ ਬੇਕਾਰ ਹੋ ਜਾਂਦੀ ਆ, ਟੁੱਟ ਜਾਂਦੀ ਹੈ ਗੱਡੀਆਂ। ਬੜਾ ਬੁਰਾ ਹਾਲ ਹੁੰਦਾ ਇਸ ਸੜਕ ਦੀ ਵਜ੍ਹਾ ਨਾਲ, ਜਿਹਦੇ ਨਾਲ ਸਾਡੇ ਗੱਡੀਆਂ ਦਾ ਵੀ ਇੰਨਾ ਕੁ ਬੁਰਾ ਹਾਲ ਹੋ ਗਿਆ। ਪੁੱਛੋ ਨਹੀਂ, ਬਾਹਰੋਂ ਵੀ ਲੋਕ ਜਿਹੜੀ ਘੁੰਮਣ ਜਾਂਦੀ ਹੈ ਜਗਿਆਲ ਪਾਸੇ, ਉਹ ਵੀ ਰੋਂਦੀ ਹੈ ਕਿ ਰੋਡ ਦਾ ਬੜਾ ਬੁਰਾ ਹਾਲ ਹੋ ਗਿਆ ਹੈਗਾ। ਮੇਰੀ ਸਰਕਾਰ ਨਾਲ ਇਹੀ ਬੇਨਤੀ ਆ ਕਿ ਇਸ ਰੋਡ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਏ, ਕਿਉਂਕਿ ਦੁਨੀਆ ਨੂੰ ਸ਼ਬਦਾ ਸਾਬਿਤ ਹੋਏ, ਕਿਉਂਕਿ ਇਸ ਤੋਂ ਬਾਅਦ ਅਸੀਂ ਹੋਰ ਕੋਈ ਮੰਗ ਨਹੀਂ ਕਰਦੇ। ਬਸ ਮੇਰੀ ਹੀ ਪ੍ਰਾਰਥਨਾ ਹੈ। ਲਵਲੀਨ ਕੁਮਾਰ ਸੁਜਾਨਪੁਰ ਤੋਂ, ਮੁਹੱਲਾ ਪ੍ਰੇਮ ਨਗਰ ਚੁਗਿਆ ਰੋਡ ਤੋਂ ਬੋਲਦਾ ਪਿਆ। ਇੱਥੇ ਅਸੀਂ ਜੋ ਸਾਨੂੰ 20 ਸਾਲ ਹੋਇਆ ਇੱਥੇ ਰਹਿੰਦੇ ਹਾਂ, ਨਾ ਇੱਥੇ ਕੋਈ ਪਾਣੀ ਦਾ ਨਿਕਾਸ ਹੈ, ਪਾਣੀ ਦਾ ਨਿਕਾਸ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਸਾਰੇ ਘਰਾਂ ਦਾ ਪਾਣੀ ਸੜਕ 'ਤੇ ਆ ਜਾਂਦਾ ਹੈ, ਜਿਹਦੇ ਕਾਰਨ ਇਹ ਸੜਕਾਂ ਟੁੱਟ ਚੁੱਕੀ ਹੈ। ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਇੱਥੇ ਹੁੰਦਾ ਰਹਿੰਦਾ ਹੈ, ਅਤੇ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਵੀ ਇਹ ਸੜਕ ਦਾ ਇੱਕ ਕੰਮ ਕਰਵਾਇਆ ਜਾਏ, ਅਤੇ ਦੂਜਾ ਜਿਹੜਾ ਪਾਣੀ ਦਾ ਨਿਕਾਸ ਦਾ ਕੰਮ ਕਰਵਾਇਆ ਜਾਏ। ਇਸ ਰੋਡ ਦੇ ਉੱਪਰ ਕੋਈ ਵੀ ਲਾਈਟ ਵੀ ਨਹੀਂ ਹੈ, ਰਾਤ ਨੂੰ ਹਨੇਰਾ ਰਹਿੰਦਾ ਕਾਫੀ, ਅਤੇ ਰੋਡਾਂ ਖੋਹ ਹੁੰਦੇ ਚਾਂਸ ਵੀ ਰਹਿੰਦੇ ਆ, ਅਤੇ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹੜਾ ਇੱਥੇ ਲਾਈਟਾਂ ਦਾ ਪ੍ਰਬੰਧ ਵੀ ਕਰਵਾਇਆ ਜਾਏ। ਸਾਡਾ ਜੀ ਜਗਿਆਲ ਰੋਡ, ਮੁਹੱਲਾ ਪ੍ਰੇਮ ਨਗਰ ਔਰ ਨਜ਼ਦੀਕ ਰੇਲਵੇ ਫਾਟਕ ਸਾਈਡ ਲਾਈਨ ਦੁਆਰਾ ਹੈ ਜੀ, ਮਗਰ ਅਸੀਂ ਕਈ ਸਾਲਾਂ ਦੇਖਦੇ ਆਏ ਹਾਂ, ਇੱਥੇ ਕੋਈ ਪਾਣੀ ਦਾ ਨਿਕਾਸ ਨਹੀਂ ਆਇਆ, ਅਤੇ ਬਹੁਤ ਬੁਰੀ ਤਰ੍ਹਾਂ ਇੱਥੇ ਬੰਦੇ ਡਿੱਗਦੇ ਨੇ, ਸਾਰਾ ਪਾਣੀ ਜਿਹੜਾ ਛਿੜਕ ਜਾਂਦਾ, ਛਿੜਕ ਸਾਰੀ ਟੁੱਟ ਗਈ ਹੈ। ਔਰ ਜਦੋਂ ਦਾ ਸਾਡੇ ਪੁਰੀ ਸਾਹਿਬ ਹੀ ਉਸ ਟਾਈਮ ਦੇ ਉੱਪਰ ਮਤਲਬ ਠੀਕ ਠਾਕ ਸੀ, ਹੁਣ ਜਦੋਂ ਸਾਡੇ ਪੁਰੀ ਸਾਹਿਬ ਜੀ ਤੁਰ ਗਏ ਨਾ, ਸੁਜਾਨਪੁਰ ਸਾਡਾ ਨਰਕਾਂ ਦੇ ਵਿੱਚ ਘੁੰਮਣ ਡਿਆ, ਅਤੇ ਕੋਈ ਕਈ ਵਾਰੀ ਦਰਖਾਸਤਾਂ ਦਿੱਤੀਆਂ ਨਾ, ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਆ। ਇੱਥੇ ਜਦੋਂ ਗਰਮੀਆਂ ਆਉਂਦੀਆਂ ਅਤੇ ਮਲੇਰੀਆ ਮੱਛਰ ਬੱਚੇ ਸਾਰੇ ਬਿਮਾਰ ਰਹਿੰਦੇ ਨਾ, ਜਿੰਨੇ ਵੀ ਪੈਸੇ ਕਮਾਉਂਦੇ ਸਾਰੇ ਬੱਚਿਆਂ 'ਚ ਲੱਗਦੇ ਆ। ਠੀਕ ਆ ਜੀ, ਸਾਡੀ ਇਹ ਡਿਮਾਂਡ ਆ, ਸਾਡਾ ਇੱਥੇ ਪਾਣੀ ਦਾ ਨਿਕਾਸ ਕੀਤਾ ਜੀ। ਸਮੱਸਿਆ ਕੀ ਹੈਗੀ ਆ? ਇੱਥੇ ਆਏ ਦਿਨ ਬੰਦੇ ਡਿੱਗਦੇ ਨੇ, ਔਰ ਜੇ ਕੋਈ ਹਾਦਸੇ ਵੀ ਕਾਫੀ ਹੋਏ ਨੇ, ਇਹਨੇ ਸੋਚਿਆ ਵੀ ਇਹਨਾਂ 'ਤੇ ਕਲੇਮ ਕੀਤਾ ਜਾਏਗਾ ਪ੍ਰਸ਼ਾਸਨਾਂ ਨੇ ਅਤੇ ਪ੍ਰਧਾਨ 'ਤੇ ਜਾਂ ਇਸਦੇ ਬਾਰਡ ਦੇ ਜਿਹੜਾ ਵੀ ਮੈਂਬਰ ਹੈ। ਹਾਂਜੀ, ਔਰ ਇਹ ਬਿਲਕੁਲ ਨਰਕ ਹੋ ਗਿਆ, ਇੱਥੇ ਕੋਈ ਲਾਈਟ ਨਹੀਂ ਹੈ, ਔਰ ਜੋਦਾ ਰੁਨਾਸਾ ਪੂਰੀ ਮਰ ਗਿਆ, ਬੇੜਾ ਹੀ ਗਰਕ ਹੋ ਗਿਆ, ਸ਼ਹਿਰ ਹੀ ਨਰਕ ਹੋ ਗਿਆ। ਇਸ ਬੰਦੇ ਕੀ ਸ਼ਿਕਾਇਤ ਕੀਤੀ ਤੁਸੀਂ? ਹਾਂਜੀ, ਸ਼ਿਕਾਇਤ ਕੀਤੀ ਕਿ ਬਹੁਤ ਦਰਦ ਹੈ ਕਿਹਾ ਅਸੀਂ, ਔਰ ਇੱਥੇ ਜਿੰਨੇ ਵੀ MLA MP VIP ਜਿੰਨੀ ਵੀ ਗੱਡੀਆਂ ਇੱਥੋਂ ਲੰਘ ਕੇ ਜਾਂਦੀਆਂ ਨੇ, ਉਹਨਾਂ ਨੂੰ ਕੋਈ ਇਹਦਾ ਧਿਆਨ ਨਹੀਂ ਆਉਂਦਾ। ਕੀ ਡਿਮਾਂਡ ਹੈ ਤੁਹਾਡੀ? ਹਾਂਜੀ, ਕੀ ਡਿਮਾਂਡ ਹੈ ਤੁਹਾਡੀ, ਕੀ ਮੰਗ ਹੈ? ਡਿਮਾਂਡ ਹੈ ਵੀ ਸੜਕ ਠੀਕ ਹੋਣੀ ਚਾਹੀਦੀ ਹੈ, ਪਾਣੀ ਦਾ ਨਿਕਾਸ ਨਹੀਂ ਹੈ, ਨੰਬਰ 2 ਵੀ ਲਾਈਟ ਨਹੀਂ ਆ, ਉਹ ਹਾਈ ਲਾਈਟ ਜਿਹੜੀ ਹੈ ਉਹ ਵੀ ਬੰਦ ਹੈ। ਕਿੰਨੀ ਦੇਰ ਤੋਂ ਸਮੱਸਿਆ ਹੈ ਜੀ? ਔਰ ਇੱਥੇ ਲੁਟੇਰੇ ਵੀ ਬੜੇ ਆਉਂਦੇ ਨੇ, ਲੁਟੇਰੇ ਜਿਹੜੇ ਆ ਜਾਣ ਵਾਰਦਾਤ ਕਰਦੇ ਨੇ, ਵਾਲੀਆਂ ਲੁੱਟੀਆਂ ਗਈਆਂ ਨੇ, ਔਰ ਮੋਬਾਈਲ ਲੈ ਕੇ ਖੋ ਕੇ ਉਹਦਾ ਗੋਲ ਗੱਪਿਆਂ ਦਾ।